ਅਰੋੜਾ ਦੇ ਜੀਜਾ ਲੱਗਦੇ ਹੋ, ਤੁਹਾਡੇ ਸਾਲਾ ਲੱਗਦੇ ਨੇ, ਇਹ ਮਾਮਲਾ ਕਿਵੇਂ ਆਪਸ ਵਿੱਚ ਝੜਪ ਤੱਕ ਪਹੁੰਚ ਜਾਂਦਾ ਹੈ, ਅਸਲ ਕਾਰਨ ਕੀ ਹੁੰਦਾ? 2002 ਦੇ ਵਿੱਚ ਅਮਨ ਅਰੋੜਾ ਨੂੰ ਫਿਰ ਨਹੀਂ ਪਾਰਟੀ ਨੇ ਟਿਕਟ ਦਿੱਤੀ ਤੇ ਸੋਨੀਆ ਅਰੋੜਾ ਨੂੰ ਟਿਕਟ ਦਿੱਤੀ। ਅੱਛਾ, ਕਾਂਗਰਸ ਨੇ। ਸੋਨੀਆ ਅਰੋੜਾ ਤੁਹਾਡੇ ਵਾਈਫ ਨੇ ਤੇ ਅਮਨ ਅਰੋੜਾ ਦੇ ਵੱਡੇ ਸਿਸਟਰ ਹੈ ਜੀ, ਵੱਡੇ ਸਿਸਟਰ ਹੈ, ਸਭ ਤੋਂ ਵੱਡੇ। ਅਮਨ ਅਰੋੜਾ ਇੰਡੀਪੈਂਡੈਂਟ ਖੜਾ ਹੋ ਜਾਂਦਾ। ਅੱਛਾ, ਚਲੋ ਪਾਰਟੀ ਚ, ਹਾਂ ਇੰਡੀਪੈਂਡੈਂਟ, ਪਰ ਇਹ ਚਲੋ ਖੜਾ ਤਾਂ ਹੋਇਆ, ਪਰ ਫੈਸਲਾ ਹੋਇਆ ਪਰਿਵਾਰ ਚ ਵੀ ਚਲੋ ਭੈਣ ਹੈ ਕੁਛ, ਚਲੋ ਜੋ ਵੀ ਸੀ ਪ੍ਰੋਪਰਟੀ ਦਾ, ਦੂਜਾ ਤੀਜਾ, ਕੋਈ ਫਾਦਰ ਇਨ ਲਾ ਦੀ ਡੈਥ ਹੋ ਗਈ ਸੀ, ਇਹਨਾਂ ਨੇ ਆਪਣਾ ਜੋ ਵੀ ਕਾਗਜ਼ ਪੱਤਰ ਸਿਸਟਰ ਤੋਂ ਲੈਣੇ ਸੀ ਉਹ ਲੈ ਕੇ ਇਹ ਖੜਾ ਬੈਠਦਾ ਗਿਆ, ਪਰ ਇਹ ਵਾਪਸ ਨਹੀਂ ਲੈ ਸਕਿਆ ਸੀ ਆਪਦੇ ਪੇਪਰਸ ਐਜ਼ ਏ ਇੰਡੀਪੈਂਡੈਂਟ। ਸਾਰਾ ਫੈਸਲਾ ਹੋਣ ਤੋਂ ਬਾਅਦ ਵੀ ਇਹਨੇ ਅਪੋਜ਼ ਕੀਤਾ ਆਪਦੇ ਸਿਸਟਰ ਨੂੰ, ਮੇਰੀ ਗੱਲ ਤੇ ਜ਼ਿਆਦਾ ਗੁੱਸਾ ਰਿਹਾ ਸਾਨੂੰ। ਇਹ ਸਾਰੀ ਚੀਜ਼ ਜੋ ਇਹਨਾਂ ਨੇ ਚਾਹੀ ਉਹ ਕਰਤੀ ਉਹਨਾਂ ਦੀ ਸਿਸਟਰਸ ਨੇ, ਫਿਰ ਵੀ ਇਹਨੇ ਅਪੋਜ਼ ਕੀਤਾ। ਸਿਆਸਤ ਨੇ, ਇੱਕ ਪੋਲਿਟਿਕਸ ਨੇ ਆਪਸ ਦੇ ਵਿੱਚ ਖੂਨ ਦੇ ਰਿਸ਼ਤਿਆਂ ਦੇ ਵਿੱਚ ਹੀ ਤਰੇੜਾਂ ਪਾ ਦਿੱਤੀਆਂ। ਕਹਿ ਸਕਦੇ ਹੋ ਮਤਲਬ, ਕਿਉਂਕਿ ਪਹਿਲ ਉਧਰੋਂ ਹੋਈ ਜੀ, ਰਾਈਟ, ਆਪਣੇ ਸਿਸਟਰ ਦਾ ਵਿਰੋਧ ਕੀਤਾ ਉਹਨਾਂ ਨੇ, ਉਹਨਾਂ ਆਪਦੀਆਂ ਸ਼ਰਤਾਂ ਮਨਵਾ ਕੇ ਜੀ, ਰਾਈਟ, ਉਂਝ ਕਰਦੇ ਕੋਈ ਗੱਲ ਨਹੀਂ ਸੀ, ਆਪਣੀਆਂ ਸ਼ਰਤਾਂ ਮਨਵਾ ਕੇ ਆਪਦੀ ਸਿਸਟਰ ਦਾ ਵਿਰੋਧ ਕੀਤਾ। ਉਸ ਰੰਜਿਸ਼ ਨੇ ਇੱਕ ਦਿਨ ਦੇਖ ਕੇ ਵੀ ਡਿਮੋਰਲਾਈਜ਼ ਕਿਵੇਂ ਕੀਤਾ ਜਾਵੇ, ਰਜਿੰਦਰ ਦੀਪਾ ਨਾ ਆਇਆ ਤਾਂ ਅਸੀਂ ਘਰ ਤੇ ਕਬਜ਼ਾ ਕਰ ਲਾਂਗੇ, ਜੇ ਆ ਗਿਆ ਤਾਂ ਮਾਰਾਂ ਕੁੱਟਾਂਗੇ, ਪਰਚਾ ਹੋਣਾ ਨਹੀਂ ਬਲਕਿ ਉਲਟਾ ਪਰਚਾ ਪਾਵਾਂਗੇ। ਅਮਨ ਅਰੋੜਾ ਆਪਣੇ 10-15-20 ਸਾਥੀਆਂ ਨਾਲ ਡਾਂਗਾਂ ਤੇ ਰੋੜਾਂ ਲੈ ਕੇ ਘਰ ਚ ਆ ਕੇ ਮੇਰੇ ਤੇ ਅਟੈਕ ਕੀਤਾ, ਮੇਰੇ ਵਾਈਫ ਵੀ ਸੀਗੇ ਪਰ ਮੇਰੇ ਤੇ ਇਹਨਾਂ ਨੇ ਮੇਨ ਅਟੈਕ ਕੀਤਾ। ਪਰਮਾਤਮਾ ਦੇ ਘਰ ਦੇਰ ਹੈ ਅੰਧੇਰ ਨਹੀਂ, 15 ਸਾਲ ਜ਼ਰੂਰ ਲੱਗੇ, ਰਾਈਟ, ਪਰ ਫੈਸਲਾ ਅੱਜ ਆਇਆ। ਕਦੀ ਇਹਨਾਂ ਨੇ ਤੁਹਾਡੇ ਤੱਕ ਪਹੁੰਚ ਵੀ ਨਹੀਂ ਕੀਤੀ ਕਿ ਆਪਣੇ ਜੋ ਇਹਨਾਂ ਦੇ ਵੱਲੋਂ ਹੋਈ ਗਲਤੀ ਉਸਦਾ ਇਹਨਾਂ ਨੇ ਕਦੀ ਪਛਤਾਵਾ ਕੀਤਾ ਹੋਵੇ? ਪਾਵਰ ਔਰ ਪੈਸਾ ਇਹਨਾਂ ਦਿਮਾਗ ਨੂੰ ਚੜਿਆ ਸੀ ਕਿ ਉਸ ਗੱਲ ਤੇ ਕੋਈ ਆ ਹੀ ਨਹੀਂ ਰਿਹਾ ਸੀ। ਪਬਲਿਕ ਫਿਗਰ ਹੈ, ਮਨਿਸਟਰ ਰਹਿ ਕੇ ਜਾਂ MLA ਰਹਿ ਕੇ ਜਾਂ ਉਦੋਂ ਵੀ ਇਹ ਆਪਣੀ ਉਸ ਵਿਜ਼ਨ ਸੀਗੇ, ਕਿਸੇ ਪਾਰਟੀ ਨੂੰ ਲੀਡ ਕਰ ਰਹੇ ਸੀਗੇ, ਹਲਕਾ ਇੰਚਾਰਜ ਸੀ, ਕਾਂਗਰਸ ਪਾਰਟੀ ਵੱਲੋਂ ਸੀ, ਔਰ ਇਹ ਤਾਂ ਇੱਕ ਆਮ ਲੋਕਾਂ ਨੂੰ ਇੱਕ ਮੈਸੇਜ ਜਾਣਾ ਚਾਹੀਦਾ ਹੈ ਕਿ ਕਾਨੂੰਨ ਸਭ ਵਾਸਤੇ ਬਰਾਬਰ ਹੈ, ਇਸ ਵਾਸਤੇ ਇਹਨਾਂ ਵਾਸਤੇ ਤਾਂ ਜੋ ਮੈਕਸੀਮ ਸਜ਼ਾ ਇਸ ਕਾਨੂੰਨ 'ਚ, ਮੈਕਸੀਮ ਸਜ਼ਾ ਉਹ ਦੇਣੀ ਚਾਹੀਦੀ ਹੈ। ਲੀਲੀ ਥੋਮਸ ਦੇ ਕੇਸ ਦੇ ਵਿੱਚ ਕਿ ਜੇ 2 ਸਾਲ ਜਾਂ 2 ਸਾਲ ਤੋਂ ਵੱਧ ਕ੍ਰਿਮੀਨਲ ਕੇਸ ਕਿਸੇ MLA MP ਨੂੰ ਸਜ਼ਾ ਹੁੰਦੀ ਹੈ ਤਾਂ ਉਹਦੀ ਅਨਸੀਟ ਇਮੀਡੀਏਟ ਹੋਏਗਾ। ਭਗਵੰਤ ਮਾਨ ਸਰਕਾਰ ਜਾਂ ਕੇਜਰੀਵਾਲ ਜਿਹੜੇ ਬੜੀ ਨੈਤਿਕਤਾ ਤੇ ਬੜੀ ਕੱਟੜ ਇਮਾਨਦਾਰੀ ਦੀ ਗੱਲ ਕਰਦੇ ਆ, ਮੈਂ ਸਮਝਦਾ ਕਿ ਇਹ ਚੀਜ਼ ਵਾਕਈ ਕੋਰਟ ਵੱਲੋਂ ਵੇਖਦੇ ਹੋਏ ਜਾਂ ਨਾ ਵੀ ਵੇਖਦੇ ਹੋਏ ਇਹ ਅਨਸੀਟ ਤਾਂ ਇਹਨਾਂ ਨੂੰ ਕਰਵਾ ਹੀ ਲੈਣਾ ਚਾਹੀਦਾ। ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਸੁਨਾਮ ਦੀ ਕੋਰਟ ਦੇ ਵੱਲੋਂ 2 ਸਾਲ ਦੀ ਸਜ਼ਾ ਸੁਣਾਈ ਗਈ ਹੈ। ਸ਼ਿਕਾਇਤਕਰਤਾ ਰਜਿੰਦਰ ਦੀਪਾ ਦੇ ਵੱਲੋਂ ਇਹ ਮਾਮਲਾ ਦਰਜ ਹੁੰਦਾ, ਜਿਸ ਤੋਂ ਬਾਅਦ ਲੰਬੇ ਸਮੇਂ ਬਾਅਦ ਇਹ ਕੋਰਟ ਦੇ ਵੱਲੋਂ ਫੈਸਲਾ ਸੁਣਾਇਆ ਜਾਂਦਾ। ਸਾਡੇ ਨਾਲ ਫੋਨ ਲਾਈਨ ਦੇ ਉੱਤੇ ਰਜਿੰਦਰ ਦੀਪਾ ਜੀ ਹੁਣੀ ਜੁੜ ਚੁੱਕੇ ਨੇ। ਰਜਿੰਦਰ ਜੀ, ਬਹੁਤ ਬਹੁਤ ਸਵਾਗਤ ਹੈ। ਥੈਂਕ ਯੂ ਜੀ, ਥੈਂਕ ਯੂ ਬ੍ਰਦਰ। ਸਭ ਤੋਂ ਪਹਿਲਾਂ ਤਾਂ ਮਾਮਲਾ ਜਾਣਨਾ ਚਾਹਾਂਗੇ ਕਿ ਮਾਮਲਾ ਕੀ ਹੈ, ਕਿਵੇਂ ਇੱਕ ਕੈਬਨਿਟ ਮੰਤਰੀ ਨੂੰ ਅੱਜ ਕੋਰਟ ਦੇ ਵੱਲੋਂ 2 ਸਾਲ ਦੀ ਸਜ਼ਾ ਸੁਣਾਈ ਗਈ ਹੈ। ਗਗਨ ਜੀ, 15 ਸਾਲ ਪੁਰਾਣਾ ਮਾਮਲਾ ਹੈ।
3-3-2008 ਨੂੰ, ਕਿਉਂਕਿ ਮੇਰਾ ਘਰ ਜਿਹੜਾ ਹੈ ਅਮਨ ਅਰੋੜਾ ਦੇ ਘਰ ਦੇ ਬਿਲਕੁਲ ਸਾਹਮਣੇ ਹੈ, ਜੀ ਮੈਂ ਚੰਡੀਗੜ੍ਹ ਆਇਆ ਹੋਇਆ ਸੀਗਾ ਤੇ ਮੇਰੇ ਪੀਏ ਨੇ ਮੈਨੂੰ ਸਵੇਰੇ 10 ਵਜੇ ਫੋਨ ਕੀਤਾ ਕਿ ਜੋ ਅਮਨ ਅਰੋੜਾ ਦੇ ਮਦਰ ਹੈ ਪਰਮੇਸ਼ਰੀ ਦੇਵੀ, ਉਹ ਕੁਛ ਮਿਸਤਰੀਆਂ ਨਾਲ ਮੇਰਾ ਜਿਹੜਾ ਘਰ ਹੈ ਉਹਦੇ 2 ਪੋਰਸ਼ਨ ਹੈ, ਪਿਛਲੇ ਪੋਰਸ਼ਨ ਨੂੰ ਉਹ ਕਵਰ ਕਰਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹੈ। ਮੈਂ ਉੱਥੋਂ ਫਿਰ DSP ਸਾਹਿਬ ਜੋਗਿੰਦਰ ਸਿੰਘ ਸੀ ਉਹਨਾਂ ਨੂੰ ਫੋਨ ਕੀਤਾ ਇਸ ਇਸ ਤਰ੍ਹਾਂ ਇਹ ਕਰ ਰਹੇ ਹੈ ਮੇਰੇ ਘਰ ਤੇ ਕਬਜ਼ਾ, ਇਹਨਾਂ ਨੂੰ ਰੋਕਿਆ ਜਾਵੇ। ਉਹਨਾਂ ਨੇ SHO ਨੂੰ ਭੇਜਿਆ ਵੀ, ਉਹ ਰੋਕ ਵੀ ਗਏ ਪਰ ਫਿਰ ਇਸ ਕੰਮ ਨੂੰ ਲੱਗੇ ਰਹੇ। ਮੈਂ ਉੱਥੋਂ 2 ਵਜੇ ਚੰਡੀਗੜ੍ਹੋਂ ਚੱਲ ਕੇ 4:30 ਵਜੇ ਸੁਨਾਮ ਪਹੁੰਚਿਆ ਤੇ ਉਦੋਂ ਇਹ ਕਬਜ਼ਾ ਕਰ ਰਹੇ ਸੀ, ਟਾਂਟਾ ਲਾ ਰਹੇ ਸੀ ਪੋਰਸ਼ਨ ਚ। ਮੈਂ ਆ ਕੇ ਮਾਤਾ ਜੀ ਨੂੰ ਬੇਨਤੀ ਕੀਤੀ ਕਿ ਮਾਤਾ ਜੀ ਇਹ ਠੀਕ ਨੀ ਗੱਲ ਹੈਗੀ, ਕੋਈ ਗੱਲ ਸੀ ਤਾਂ ਆਪਾਂ ਮੈਨੂੰ ਦੱਸਦੇ ਤੁਸੀਂ। ਇੰਨੇ ਨੂੰ ਅਮਨ ਅਰੋੜਾ ਆਪਣੇ 10-15-20 ਸਾਥੀਆਂ ਨਾਲ ਡਾਂਗਾਂ ਤੇ ਰੋੜਾ ਲੈ ਕੇ ਘਰ ਚ ਆ ਕੇ ਮੇਰੇ ਤੇ ਅਟੈਕ ਕੀਤਾ। ਮੇਰੇ ਵਾਈਫ ਵੀ ਸੀਗੇ ਪਰ ਮੇਰੇ ਤੇ ਇਹਨਾਂ ਨੇ ਮੇਨ ਅਟੈਕ ਕੀਤਾ, ਮੇਰੇ ਸੱਟਾਂ ਮਾਰੀਆਂ ਔਰ ਮੈਨੂੰ ਹੋਸਪਿਟਲਾਈਜ਼ ਹੋਇਆ। ਮੈਂ ਨੋ ਡਾਊਟ ਉਦੋਂ 5 ਵਜੇ DSP ਸਾਹਿਬ ਵੀ ਆਏ, ਉਹਨਾਂ ਨੇ ਮੌਕਾ ਵੀ ਵੇਖਿਆ, ਉਹ ਮੈਨੂੰ ਵਿਸ਼ਵਾਸ ਵੀ ਦਵਾਇਆ ਕਿ ਹਾਂ ਤੁਹਾਡੇ ਨਾਲ ਵਾਕਿਆ ਬੇਇਨਸਾਫੀ ਹੋਈ ਆ, ਤੁਹਾਨੂੰ ਇਨਸਾਫ ਦਵਾਵਾਂਗੇ। ਨੋ ਡਾਊਟ ਇਹਨਾਂ ਦੀ, ਚਲੋ ਉਦੋਂ ਸਰਕਾਰ ਭਾਵੇਂ ਸ਼੍ਰੋਮਣੀ ਅਕਾਲੀ ਦਲ ਦੀ ਸੀ, ਇਹਨਾਂ ਦੀ ਪਹੁੰਚ ਸੀ, ਇਹਨਾਂ ਦੇ ਫਾਦਰ ਇਨ ਲਾ ਮਿਸਟਰ ਗਲਹੋਤਰਾ ਹੈ, ਉਹਨਾਂ ਦੀ ਪਹੁੰਚ ਸੀ ਉੱਥੋਂ। ਇਹਨਾਂ ਨੇ ਮੇਰੇ ਤੇ ਹੀ ਬਲਕਿ ਉਲਟਾ ਪਰਚਾ ਕਰਵਾਤਾ 307 ਲਗਵਾ ਤੀ। ਮੈਂ ਹੋਸਪਿਟਲ ਸੀ, ਮੈਨੂੰ ਅਗਲੇ ਦਿਨ ਛੁੱਟੀ ਮਿਲ ਗਈ ਤੇ ਪਰ ਮੇਰੀ ਬੇਲ ਨਹੀਂ ਹੋਈ। ਮੈਂ ਵੀ ਕਿਸੇ ਪਾਸਿਓਂ ਆਪਣੀ ਇਨਕੁਆਇਰੀ ਲਵਾਈ ਔਰ ਮੇਰੀ ਫਿਰ ਬੇਲ ਹੋਈ। ਪਰ 5-6 ਮਹੀਨੇ ਮੈਂ ਪੁਲਿਸ ਤੋਂ ਟਰਾਈ ਕੀਤਾ ਕਿ ਮੇਰੇ ਬਿਆਨ ਲਏ ਸੀ ਪੁਲਿਸ ਨੇ ਹਸਪਤਾਲ ਚ। ਕੀ ਉਦੋਂ ਤੁਹਾਨੂੰ ਫਿਰ ਜੇਲ੍ਹ ਦੇ ਵਿੱਚ ਰਹਿਣਾ ਪਿਆ ਸੀ ਉਹਨਾਂ ਟਾਈਮ? ਨਹੀਂ ਮੈਂ ਨਹੀਂ, ਮੈਨੂੰ ਮੈਨੂੰ ਜਦੋਂ 307 ਮੇਰੀ ਇਨਕੁਆਇਰੀ ਚ ਟੁੱਟ ਗਈ ਫਿਰ ਮੇਰੀ ਜਿਹੜੀਆਂ ਦੂਜੀਆਂ ਧਾਰਾਂ ਚ ਮੇਰੀ ਬੇਲ ਲੈ ਲਈ ਸੀ ਪੁਲਿਸ ਨੇ, ਅਵੇਲੇਬਲ ਸੀਗੀ। ਮੈਂ ਪੁਲਿਸ ਨੂੰ ਕਹਿੰਦਾ ਰਿਹਾ ਕਿ ਮੇਰੇ ਸੱਟਾਂ ਮਾਰੀਆਂ, ਮੇਰੇ ਘਰ ਚ DSP ਸਾਹਿਬ ਮੌਕਾ ਵੇਖ ਕੇ ਗਏ ਹੈ ਤੇ ਮੇਰੀ ਕੰਪਲੇਂਟ ਤੇ FIR ਹੋਣੀ ਚਾਹੀਦੀ, ਕ੍ਰੋਸ ਕੇਸ ਹੋਣਾ ਚਾਹੀਦਾ, ਪਰ ਉਹਨਾਂ ਨੇ ਨਹੀਂ ਕੀਤਾ। ਜਦੋਂ ਉਹਨਾਂ ਨੇ ਚਲਾਨ ਪੇਸ਼ ਕੀਤਾ ਤੇ ਫਿਰ ਮੈਂ ਪ੍ਰਾਈਵੇਟ ਕੰਪਲੇਂਟ ਪਾਈ ਸੁਨਾਮ ਕੋਰਟ ਚ ਜੀ, ਤੇ ਉਹਦੇ ਅਗੇਂਸਟ ਅੱਜ ਜਿਹੜਾ ਫੈਸਲਾ ਆਇਆ ਉਸੇ ਕੰਪਲੇਂਟ ਦੇ 15 ਸਾਲਾਂ ਬਾਅਦ ਅੰਡਰ ਸੈਕਸ਼ਨ 452, ਅੰਡਰ ਸੈਕਸ਼ਨ 323, 148, 149, ਜਿਹਦੇ ਚ 452 2 ਸਾਲ ਦੀ ਕੈਦ, 323 ਚ 1 ਸਾਲ ਦੀ ਕੈਦ ਇਹਨਾਂ ਨੂੰ ਹੋਈ ਹੈ ਤੇ ਨਾਲ 8 ਜਿਹਨਾਂ ਨੂੰ ਹੋਰ ਹੋਈ ਹੈ, ਜਿੰਨੇ ਵੀ 9 ਜਿਹਨੇ ਆ ਜੀ। ਤੁਸੀਂ ਰਿਸ਼ਤੇ ਦੇ ਵਿੱਚ ਅਮਨ ਅਰੋੜਾ ਦੇ ਜੀਜਾ ਲੱਗਦੇ ਹੋ, ਤੁਹਾਡੇ ਸਾਲਾ ਲੱਗਦੇ ਨੇ, ਇਹ ਮਾਮਲਾ ਕਿਵੇਂ ਆਪਸ ਵਿੱਚ ਝੜਪ ਤੱਕ ਪਹੁੰਚ ਜਾਂਦਾ ਹੈ? ਅਸਲ ਕਾਰਨ ਕੀ ਹੁੰਦਾ? ਪ੍ਰਾਪਰਟੀ ਡਿਸਪਿਊਟ ਸੀ ਜਾਂ ਕੋਈ ਹੋਰ ਪਿੱਛੇ ਦੀ? ਕੋਈ ਐਸੀ ਪ੍ਰਾਪਰਟੀ ਨਹੀਂ ਸੀ, ਤੁਸੀਂ ਪੋਲੀਟੀਕਲੀ ਸਰ ਕਹਿ ਲਓ। ਸ਼ਾਇਦ ਗਗਨੀ ਤੁਹਾਨੂੰ ਪਤਾ ਹੋਣਾ ਮੈਂ 1980 ਦਾ ਪੋਲਿਟਿਕਸ ਦੇ ਵਿੱਚ ਹਾਂ ਜੀ, ਮੈਂ DAV ਕਾਲਜ ਚ ਜਨਰਲ ਸੈਕਟਰੀ ਰਿਹਾ, ਫਿਰ 82 ਚ ਪੰਜਾਬ ਯੂਨੀਵਰਸਿਟੀ ਦਾ ਪ੍ਰਧਾਨ ਰਿਹਾ, ਫਿਰ 83 ਚ ਰਿਹਾ, 84 ਚ ਸੈਨੇਟ ਦਾ ਮੈਂਬਰ ਰਿਹਾ, 16 ਸਾਲ ਮੈਂ ਸੈਨੇਟ ਦਾ ਮੈਂਬਰ ਰਿਹਾ ਜੀ ਜੀ। ਅਨਫੋਰਚੂਨੇਟਲੀ ਬਹੁ ਭਗਵਾਨ ਦਾਸ ਅਰੋੜਾ ਜੋ MLA ਸੀ 2000 ਚ ਉਹਨਾਂ ਦੀ ਡੈਥ ਹੋ ਜਾਂਦੀ ਜੀ। 1992 ਚ ਪਹਿਲੀ ਵਾਰੀ ਉਹਨਾਂ ਨੂੰ ਟਿਕਟ ਮਿਲਦੀ ਹੈ ਹਾਂਜੀ, ਉਹ ਕਿਸੇ ਪਾਰਟੀ ਚ ਨਹੀਂ ਸੀ ਜਦੋਂ ਮੇਰੀ 1987 ਚ ਮੇਰੀ ਸ਼ਾਦੀ ਹੋਈ ਹੈ ਜੀ, ਉਹ ਕਿਸੇ ਪਾਰਟੀ ਚ ਨਹੀਂ ਸੀ। ਉਹਨਾਂ ਦੀ ਇੱਛਾ ਸੀ ਮੈਂ MLA ਦਾ ਇਲੈਕਸ਼ਨ ਲੜਾਂ, ਕਿਉਂਕਿ ਜਿਹੜਾ ਕਾਊਂਟਰਮਾਂਡ ਹੋਇਆ ਸੀ ਇਲੈਕਸ਼ਨ 1989 ਵਾਲਾ, 1991 ਵਾਲਾ ਜੀ, ਉਦੋਂ ਇੰਡੀਪੈਂਡੈਂਟ ਖੜ ਗਏ ਸੀਗੇ ਜਦੋਂ 28 ਕੈਂਡੀਡੇਟਾਂ ਦੀ ਡੈਥ ਵੀ ਹੋ ਗਈ ਸੀ ਜੀ ਜੀ ਜੀ, ਤੇ ਉਹਨਾਂ ਦੀ ਇੱਛਾ ਸੀ ਫਿਰ ਮੈਂ ਉਹਨਾਂ ਨੂੰ ਕਿਹਾ ਆਪਾਂ ਕਾਂਗਰਸ ਤੋਂ ਟਰਾਈ ਕਰਦੇ ਹਾਂ ਕਿਉਂਕਿ ਮੈਂ ਕਾਂਗਰਸ ਨਾਲ ਜੁੜਿਆ ਹੋਇਆ ਸੀ ਹਾਂਜੀ। ਮੈਂ ਕਿਸੇ ਤਰ੍ਹਾਂ ਵੀ ਕੋਸ਼ਿਸ਼ ਕਰਕੇ ਨਾ ਜ਼ਰੀਆ ਬਣਿਆ, ਬਾਕੀ ਤਾਂ ਦੇਖੋ ਕਿਸਮਤ ਉਹਨਾਂ ਦੀ ਸੀ, ਦਲੇਰੀ ਸੀ, ਸਭ ਸੀ, ਉਹਨਾਂ ਨੂੰ ਕੰਮ ਕਰਨ ਦਾ ਸ਼ੌਂਕ ਸੀ, ਪਰ ਉਹਨਾਂ ਨੂੰ ਕਾਂਗਰਸ ਪਾਰਟੀ ਚ ਲਿਆਉਣ ਦਾ ਤੇ ਉਹਨਾਂ ਨੂੰ ਟਿਕਟ ਦਿਵਾਉਣ ਚ ਜ਼ਰੀਆ ਮੈਂ ਬਣਿਆ, ਕਾਂਗਰਸ ਦੇ ਸਾਰੇ ਲੀਡਰ
ਵੀ ਜਾਣਦੇ ਜੀ। ਚਲੋ ਉਹਨੇ 1992 'ਚ ਇਲੈਕਸ਼ਨ ਲੜੇ, ਜਿੱਤੇ। ਚਲੋ ਔਰ ਉਸ ਤੋਂ ਬਾਅਦ ਮਿਹਨਤ ਬਹੁਤ ਕੀਤੀ, 1997 'ਚ ਦੁਬਾਰਾ ਉਹ ਜਿੱਤੇ। ਹਾਂਜੀ, ਜਦੋਂ ਕਾਂਗਰਸ ਨੂੰ ਸਿਰਫ 14 ਸੀਟਾਂ ਆਈਆਂ ਸੀ, ਸੁਖਦੇਵ ਮੰਤਰੀ ਵੀ ਬਣੇ ਉਹ। ਉਸ ਤੋਂ ਬਾਅਦ ਮੰਤਰੀ ਵੀ ਬਣੇ 95-96 'ਚ ਬੇਅੰਤ ਸਿੰਘ ਦੀ ਡੈਥ ਤੋਂ ਬਾਅਦ ਜੀ। ਤੇ ਉਸ ਤੋਂ ਬਾਅਦ 2000 'ਚ ਅਨਫੋਰਚੁਨੇਟਲੀ ਉਹਨਾਂ ਦੀ ਡੈਥ ਹੋ ਜਾਂਦੀ ਹੈ। ਉਹ ਕਿਹੜੇ ਸਰਕਮਸਟੈਂਸਸ 'ਚ ਹੋਈ ਉਸ 'ਚ ਮੈਂ ਨਹੀਂ ਜਾਂਦਾ, ਰਾਈਟ। ਅਮਨ ਅਰੋੜਾ ਜਦੋਂ ਬਾਈ ਇਲੈਕਸ਼ਨ ਹੁੰਦਾ, ਅਮਨ ਅਰੋੜਾ ਨੂੰ ਪਾਰਟੀ ਉਦੋਂ ਟਿਕਟ ਨਹੀਂ ਦਿੰਦੀ, ਹਾਲਾਂਕਿ ਇਹ ਐਲੀਜੀਬਲ ਸੀ। ਕਿਉਂ ਨੀ ਦਿੰਦੀ, ਇਸ ਤੁਸੀਂ ਉਹਨਾਂ ਨੂੰ ਪੁੱਛਿਆ ਜੇ ਕਿਉਂ ਨੀ ਦਿੱਤੀ, ਕੀ ਵਜ੍ਹਾ ਸੀ, ਕਿਉਂ ਮਦਰ ਇਨ ਲਾ ਨੂੰ ਟਿਕਟ ਦਿੱਤੀ, ਇਹ ਪਾਰਟੀ ਦੇ ਲੀਡਰ ਜਾਣਦੇ ਆ, ਇਸ ਤੇ ਬਾਅਦ ਚ ਗੱਲ ਕਰਾਂਗੇ ਜੇ ਕੋਈ ਉਧਰੋਂ ਗੱਲ ਆਏਗੀ। ਚਲੋ 2000 ਚ ਟਿਕਟ ਮਿਲੀ, ਚਲੋ ਮਦਰ ਇਨ ਲਾ ਹਾਰ ਗਏ, ਪਰਮਿੰਦਰ ਢੀਂਡਸਾ ਜਿੱਤ ਗਏ। 2002 ਦੇ ਵਿੱਚ ਅਮਨ ਅਰੋੜਾ ਨੂੰ ਫਿਰ ਨੀ ਪਾਰਟੀ ਨੇ ਟਿਕਟ ਦਿੱਤੀ, ਤੇ ਸੋਨੀਆ ਅਰੋੜਾ ਨੂੰ ਟਿਕਟ ਦਿੱਤੀ। ਅੱਛਾ, ਕਾਂਗਰਸ ਨੇ। ਸੋਨੀਆ ਅਰੋੜਾ ਤੁਹਾਡੇ ਵਾਈਫ ਨੇ ਤੇ ਅਮਨ ਅਰੋੜਾ ਦੇ ਵੱਡੇ ਸਿਸਟਰ ਹੈ, ਜੀ ਵੱਡੇ ਸਿਸਟਰ ਹੈ, ਸਭ ਤੋਂ ਵੱਡੇ ਜੀ। ਠੀਕ, ਉਹਨਾਂ ਨੂੰ ਟਿਕਟ ਦਿੰਦੇ ਹੈ ਤੇ ਨੋ ਡਾਊਟ ਅਮਨ ਅਰੋੜਾ ਇੰਡੀਪੈਂਡੈਂਟ ਖੜਾ ਹੋ ਜਾਂਦਾ। ਅੱਛਾ, ਚਲੋ ਪਾਰਟੀ ਚ ਹਾਂ ਇੰਡੀਪੈਂਡੈਂਟ, ਪਰ ਇਹ ਚਲੋ ਖੜਾ ਤਾਂ ਹੋ ਗਿਆ, ਪਰ ਫੈਸਲਾ ਹੋਇਆ ਪਰਿਵਾਰ ਚ ਵੀ, ਚਲੋ ਭੈਣ ਹੈ ਕੁਛ, ਚਲੋ ਜੋ ਵੀ ਸੀ ਪ੍ਰੋਪਰਟੀ ਦਾ ਦੂਜਾ ਤੀਜਾ, ਕੋਈ ਫਾਦਰ ਇਨ ਲਾ ਦੀ ਡੈਥ ਹੋ ਗਈ ਸੀ, ਇਹਨਾਂ ਨੇ ਆਪਣਾ ਜੋ ਵੀ ਕਾਗਜ਼ ਪੱਤਰ ਸਿਸਟਰਸ ਤੋਂ ਲੈਣੇ ਸੀ ਉਹ ਲੈ ਕੇ ਇਹ ਖੜਾ ਬੈਠਦਾ ਗਿਆ, ਪਰ ਇਹ ਵਾਪਸ ਨਹੀਂ ਲੈ ਸਕਿਆ ਸੀ ਆਪਦੇ ਪੇਪਰਸ ਐਜ਼ ਇੰਡੀਪੈਂਡੈਂਟ। ਓਕੇ, ਤੇ ਇਹ 2000 ਇਹਨੇ ਫਿਰ ਵੀ ਸਾਰਾ ਫੈਸਲਾ ਹੋਣ ਤੋਂ ਬਾਅਦ ਵੀ ਇਹਨੇ ਅਪੋਜ਼ ਕੀਤਾ ਆਪਦੇ ਸਿਸਟਰ ਨੂੰ, ਜਿਹੜੀ ਗੱਲ ਤੇ ਜ਼ਿਆਦਾ ਗੁੱਸਾ ਰਿਹਾ ਸਾਨੂੰ। ਇਹ ਸਾਰੀ ਚੀਜ਼ ਜੋ ਇਹਨਾਂ ਨੇ ਚਾਹੀ ਉਹ ਕਰਤੀ ਉਹਨਾਂ ਦੀ ਸਿਸਟਰਸ ਨੇ, ਫਿਰ ਵੀ ਇਹਨੇ ਅਪੋਜ਼ ਕੀਤਾ। ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਬਣ ਗਈ, ਅਸੀਂ ਹਲਕਾ ਇੰਚਾਰਜ ਬਣ ਗਏ, ਅਸੀਂ 5 ਸਾਲ ਪੂਰਾ ਕੰਮ ਕੀਤਾ, ਕਿਉਂਕਿ ਮੈਨੂੰ ਪਤਾ ਪੋਲੀਟੀਕਲੀ ਕਿਵੇਂ ਕੰਮ ਕੀਤਾ ਜਾਂਦਾ, ਅਸੀਂ ਦੋਵਾਂ ਨੇ ਕੀਤਾ, ਸੋਨੀਆ ਨੇ ਵੀ ਔਰ ਮੈਂ। 2007 ਚ ਪਾਰਟੀ ਨੇ ਇਹਨੂੰ ਟਿਕਟ ਦੇ ਦਿੱਤੀ, ਮੈਂ ਇੰਡੀਪੈਂਡੈਂਟ ਖੜਾ ਹੋ ਗਿਆ, ਮੈਂ 19,000 ਵੋਟ ਲੈ ਗਿਆ, ਇਹ 10,000 ਵੋਟ ਤੇ ਹਾਰ ਗਿਆ। ਉਹ ਰੰਜਿਸ਼ ਸੀ ਇਸ ਨੂੰ ਕਿ ਜੇ ਰਜਿੰਦਰ ਦੀਪਾ ਸੁਨਾਮ ਚ ਰਹਿੰਦਾ ਤਾਂ ਮੈਂ ਸ਼ਾਇਦ ਜਿੱਤ ਨਹੀਂ ਸਕੂੰਗਾ, ਕਿਉਂਕਿ ਮੇਰੀ ਗਰਾਊਂਡ ਤੇ ਬਹੁਤ ਪਕੜ ਬਣ ਗਈ ਸੀ, ਕੰਮ ਬਹੁਤ ਕੀਤਾ ਸੀ 5 ਸਾਲਾਂ ਚ। ਤਾਂ ਮਤਲਬ ਇੱਕ ਸਿਆਸਤ ਨੇ, ਇੱਕ ਪੋਲਿਟਿਕਸ ਨੇ ਆਪਸ ਦੇ ਵਿੱਚ ਖੂਨ ਦੇ ਰਿਸ਼ਤਿਆਂ ਦੇ ਵਿੱਚ ਹੀ ਤਰੇੜਾਂ ਪਾ ਦਿੱਤੀਆਂ। ਹਾਂ ਕਹਿ ਸਕਦੇ ਹੋ, ਮਤਲਬ ਕਿਉਂਕਿ ਪਹਿਲ ਉਧਰੋਂ ਹੋਈ ਜੀ, ਰਾਈਟ, ਆਪਣੇ ਸਿਸਟਰ ਦਾ ਵਿਰੋਧ ਕੀਤਾ ਉਹਨਾਂ ਨੇ, ਉਹਨਾਂ ਆਪਦੀਆਂ ਸ਼ਰਤਾਂ ਮਨਵਾ ਕੇ ਜੀ, ਰਾਈਟ, ਉਂਝ ਕਰਦੇ ਕੋਈ ਗੱਲ ਨਹੀਂ ਸੀ, ਆਪਣੀਆਂ ਸ਼ਰਤਾਂ ਮਨਵਾ ਕੇ ਆਪਦੀ ਸਿਸਟਰ ਦਾ ਵਿਰੋਧ ਕੀਤਾ। ਉਸ ਤੋਂ ਬਾਅਦ ਮੈਂ ਕੰਮ, ਅਸੀਂ 5 ਸਾਲ ਕੀਤਾ ਸੀ, ਪਾਰਟੀ ਨੂੰ ਟਿਕਟ ਦੇਣੀ ਚਾਹੀਦੀ ਸੀ, ਨਹੀਂ ਦਿੱਤੀ, ਚਲੋ ਇਹਨੂੰ ਦੇ ਦਿੱਤੀ ਜੀ, ਸਾਡਾ ਵੀ ਰਾਈਟ ਸੀਗਾ, ਸਾਡੇ ਨਾਲ ਲੋਕ ਸੀਗੇ, 19,000 ਵੋਟ ਵੀ ਲਈ। ਫਿਰ ਉਸ ਰੰਜਿਸ਼ ਨੇ ਇੱਕ ਦਿਨ ਦੇਖ ਕੇ ਵੀ ਡਿਮੋਰਲਾਈਜ਼ ਕਿਵੇਂ ਕੀਤਾ ਜਾਵੇ ਜੀ, ਸਰਕਾਰ ਚ ਉਦੋਂ ਦੀ ਨੋ ਡਾਊਟ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ, ਇਹਦੇ ਫਾਦਰ ਇਨ ਲਾ ਮਿਸਟਰ ਸੰਦੀਪ ਗਲਹੋਤਰਾ ਦੀ ਪਹੁੰਚ ਸੀ, ਇਹਨਾਂ ਨੇ ਜੋ ਵੀ ਸ਼ਡਿਅੰਤਰ ਰਚ ਕੇ ਇਹ ਕਬਜ਼ਾ ਕਰਨ ਦਾ ਕੋਸ਼ਿਸ਼ ਕੀਤਾ ਵੀ ਰਜਿੰਦਰ ਦੀਪਾ ਨਾ ਆਇਆ ਤਾਂ ਅਸੀਂ ਘਰ ਤੇ ਕਬਜ਼ਾ ਕਰ ਲਾਂਗੇ, ਜੇ ਆ ਗਿਆ ਤਾਂ ਮਾਰਾਂ ਕੁੱਟਾਂਗੇ, ਪਰਚਾ ਹੋਣਾ ਨਹੀਂ ਬਲਕਿ ਉਲਟਾ ਪਰਚਾ ਪਾਵਾਂਗੇ। ਪਰ ਉਹ ਸਭ ਕੁਛ ਹੋਇਆ, ਮੇਰੀ ਕੰਪਲੇਂਟ ਵੀ ਨਹੀਂ ਕੀਤੀ ਦਾਖਲ, ਮੈਨੂੰ ਫਿਰ ਕੋਰਟ ਦਾ ਸਹਾਰਾ ਲੈਣਾ ਪਿਆ, ਔਰ ਮੈਂ ਧੰਨਵਾਦ ਕਰਦਾ ਕੋਰਟ ਦਾ, ਜਿਵੇਂ ਕਹਿੰਦੇ ਪਰਮਾਤਮਾ ਦੇ ਘਰ ਦੇਰ ਹੈ ਅੰਧੇਰ ਨਹੀਂ, 15 ਸਾਲ ਜ਼ਰੂਰ ਲੱਗੇ, ਰਾਈਟ, ਪਰ ਫੈਸਲਾ ਅੱਜ ਆਇਆ, ਔਰ ਵਿੱਚ ਇਹਨਾਂ ਨੇ 7-8 ਸਾਲ ਕੋਸ਼ਿਸ਼ ਕੀਤੀ, ਹਾਈ ਕੋਰਟ ਚ ਵੀ ਗਏ ਜੀ, ਸਾਡਾ ਕੋਈ ਸਮਝੌਤਾ ਹੋ ਗਿਆ ਸੀ ਤੇ ਜਿੰਦੇ ਕਰਕੇ, ਕਿਉਂਕਿ ਜਿਹੜੀ ਇਹਨਾਂ ਦੀ ਸਾਡੇ ਤੇ ਪਾਇਆ ਸੀ 307 ਲਵਾਈ ਸੀ, ਦੂਜੀਆਂ ਧਾਰਾਂ ਲਵਾਈਆਂ ਸੀ, ਅਸੀਂ 2012 ਚ ਬਰੀ ਹੋ ਗਏ ਸੀ ਜੀ ਉਹਨਾਂ ਉਸ ਚੋਂ, ਇਹ ਸਾਡੀ ਕੰਪਲੇਂਟ ਇਹ ਚੱਲਦੀ ਰਹੀ, ਔਰ ਇਹਨਾਂ ਨੇ ਕੋਸ਼ਿਸ਼ ਕੀਤੀ ਡਿਲੇ ਕਰਨ ਦੀ, ਹਾਈ ਕੋਰਟ ਚ ਗਏ ਤੇ ਜਸਟਿਸ ਸੰਜੇ ਕੁਮਾਰ ਸੀ ਜੋ ਅੱਜ ਕੱਲ ਸੁਪਰੀਮ ਕੋਰਟ ਦੇ ਜੱਜ ਹੈ, ਉਹਨਾਂ ਨੇ ਬੜੀ ਇਲੈਬੋਰੇਟ ਜੱਜਮੈਂਟ ਦਿੱਤੀ, ਔਰ ਇਹਨਾਂ ਦੀ ਜਿਹੜੀ
ਪਟੀਸ਼ਨ ਸੀ ਡਿਸਮਿਸ ਕੀਤੀ ਕਿ ਤੁਹਾਡਾ ਕੋਈ ਸਮਝੌਤਾ ਨਹੀਂ ਹੋਇਆ ਸੀ, ਤੁਸੀਂ ਹੋਸਟਾਈਲ ਹੋਏ ਹੋ, ਤੁਸੀਂ ਗਵਾਹ ਮੁੱਕ ਰਹੇ ਹੋ, ਤੇ ਉਹਦੇ 'ਚ ਅਸੀਂ ਲੋਕ ਬਰੀ ਹੋਏ ਹਾਂ, ਤੁਹਾਡਾ ਸਮਝੌਤਾ ਨਹੀਂ ਹੋਇਆ। ਦੀਪਕ ਜੀ ਹਾਲਾਂਕਿ ਇਹਨਾਂ 15 ਸਾਲਾਂ ਦੇ ਵਿੱਚ ਕਦੀ ਕੋਸ਼ਿਸ਼ ਵੀ ਨਹੀਂ ਕੀਤੀ, ਕਿਉਂਕਿ ਇਨਸਾਨ ਗਲਤੀਆਂ ਦਾ ਪੁਤਲਾ ਹੁੰਦਾ ਔਰ ਜੇਕਰ ਕੋਈ ਕੀਤੀ ਗਲਤੀ ਦੇ ਉੱਤੇ ਮਾਫ਼ੀ ਵੀ ਮੰਗ ਲਏ ਤਾਂ ਸ਼ਾਇਦ ਮਾਫ਼ ਕਰਨ ਵਾਲਾ ਵੀ ਵੱਡਾ ਹੋ ਜਾਂਦਾ ਹੈ, ਮਾਫ਼ ਕਰਨ ਵਾਲਾ ਸ਼ਾਇਦ ਇਹ ਵੀ ਸੋਚ ਲੈਂਦਾ ਕਿ ਚਲੋ ਬੰਦੇ ਨੂੰ ਗਲਤੀ ਦਾ ਅਹਿਸਾਸ ਹੋ ਗਿਆ। ਤਾਂ ਕਦੀ ਇਹਨਾਂ ਨੇ ਤੁਹਾਡੇ ਤੱਕ ਪਹੁੰਚ ਵੀ ਨਹੀਂ ਕੀਤੀ ਕਿ ਆਪਣੇ ਜੋ ਇਹਨਾਂ ਦੇ ਵੱਲੋਂ ਹੋਈ ਗਲਤੀ ਉਸਦਾ ਇਹਨਾਂ ਨੇ ਕਦੀ ਪਛਤਾਵਾ ਕੀਤਾ ਹੋਵੇ? ਉਹ ਜਦੋਂ ਬੰਦੇ ਕੋਲ ਪਾਵਰ ਤੇ ਪੈਸਾ ਔਰ ਇਹੋ ਜਿਹੇ ਰਿਸ਼ਤੇਦਾਰ ਮਿਲ ਜਾਣ ਜਿਹੜੇ ਯੂਨੋ ਇਹਦੇ ਇਨਲਾਜ਼ ਹੈ, ਤੇ ਤੁਸੀਂ ਡੀਪਲੀ ਜਾਓਗੇ ਨਾ ਸਾਰਾ ਪਤਾ ਲੱਗ ਜਾਏਗਾ। ਜੀ 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 ਤੇ ਕਈ ਵਾਰੀ ਬੰਦੇ ਦਾ ਦਿਮਾਗ ਤੇ ਇੰਨੀ ਪਾਵਰ ਚੜ ਜਾਂਦੀ ਹੈ ਕਿ ਉਹ ਰਿਸ਼ਤੇਦਾਰ ਔਰ ਤੁਹਾਨੂੰ ਪਤਾ ਜੀਜਾ ਔਰ ਉਹ ਵੀ ਵੱਡਾ ਜੀਜਾ ਰਾਈਟ ਹੁੰਦਾ, ਆਪਣੇ ਆਪਣੀ ਸੋਸਾਇਟੀ ਚ ਕੀ ਇੱਕ ਰਿਸ਼ਤਾ ਹੁੰਦਾ, ਕੀ ਇੱਜ਼ਤ ਹੁੰਦੀ ਹੈ। ਔਰ ਮੋਰ ਓਵਰ ਜਦੋਂ ਮੇਰੀ ਸ਼ਾਦੀ ਹੋਈ ਸੀ 1987 ਚ, 12-13 ਸਾਲ ਮੇਰੇ ਤੋਂ 13-14 ਸਾਲ ਛੋਟਾ ਹੈ ਰਾਈਟ, ਕੀ ਉਮਰ ਹੋਏਗੀ ਮੇਰੀ 26 ਸੀ, 12-13 ਸਾਲ ਉਮਰ ਹੋਏਗੀ। ਔਰ ਮੈਂ ਉਦੋਂ ਯੂਨੀਵਰਸਿਟੀ ਦਾ ਪ੍ਰੈਜ਼ੀਡੈਂਟ ਰਹਿ ਚੁੱਕਿਆ ਸੀ, ਮੈਂ ਸੈਨੇਟ ਦਾ ਮੈਂਬਰ ਸੀ, ਮੈਂ ਕਾਂਗਰਸ ਦੇ ਜਨਰਲ ਸੈਕਟਰੀ ਸੀਗਾ। ਮਤਲਬ ਮੇਰੀ ਆਪਣੀ ਪਰਮਾਤਮਾ ਦੀ ਵਜ੍ਹਾ ਨਾਲ ਰੁਤਬਾ ਸੀ, ਪਰ ਬੜੀ ਖੁਸ਼ੀ ਹੁੰਦੀ ਸੀ ਪਰਿਵਾਰ ਚ ਕਿ ਰਜਿੰਦਰ ਦੀਪਾ ਸਾਡਾ ਰਿਸ਼ਤੇਦਾਰ ਬਣਦੇ ਰਾਈਟ। ਮੈਂ ਉਹ ਇੱਕ ਰੁਤਬਾ ਇਸ ਪਰਿਵਾਰ ਚ ਦੇਖਿਆ ਸੀ। ਪਰ ਜੇ ਤੁਸੀਂ ਅੱਜ ਹਨਾ ਉਸ ਰਿਸ਼ਤੇ ਨੂੰ ਦੂਰ ਛੱਡ ਕੇ ਅਟੈਕ ਕਰਦੇ ਹੋ, ਤਾਂ ਮਾਰਨ ਦੀ ਕੋਸ਼ਿਸ਼ ਕਰਦੇ ਹੋ, ਜ਼ਲੀਲ ਕਰਦੇ ਹੋ, ਤੁਸੀਂ ਤੁਹਾਡੀ ਅਣਖ ਨੂੰ ਲਲਕਾਰਦੇ ਹੋ। ਦੇਖੋ ਉਹ ਲੜਾਈ ਤਾਂ ਲੜਨੀ ਪੈਂਦੀ ਹੈ, ਔਰ ਕੋਸ਼ਿਸ਼ ਵੀ ਨਹੀਂ ਹੋਈ ਉਦੋਂ। ਮੈਂ ਕਿਸੇ ਵੇਲੇ ਮੇਰੇ ਵੱਲੋਂ ਇੱਕ ਦੋ ਵਾਰੀ ਕੋਸ਼ਿਸ਼ ਹੋਈ ਹੈ, ਕੁਛ ਐਸੇ ਹਾਲਾਤ ਬਣੇ ਸੀਗੇ ਕਿ ਜਿਸ ਵੇਲੇ ਚਲੋ ਕੁਛ ਹੋ ਸਕਦਾ ਸੀ, ਪਰ ਨਹੀਂ ਉਹ ਪਾਵਰ ਔਰ ਪੈਸਾ ਇੰਨਾ ਦਿਮਾਗ ਨੂੰ ਚੜਿਆ ਸੀ ਕਿ ਉਸ ਗੱਲ ਤੇ ਕੋਈ ਆ ਹੀ ਨਹੀਂ ਰਿਹਾ ਸੀ। ਹਾਲਾਂਕਿ ਕੋਰਟ ਜ਼ਰੂਰ ਕੋਸ਼ਿਸ਼ਾਂ ਕਰਦੀ ਹੁੰਦੀ ਹੈ ਕਿ ਮੀਡੀਏਸ਼ਨ ਹੋ ਜਾਵੇ, ਆਪਸ ਦੇ ਵਿੱਚ ਸਲਾਹ ਹੋ ਜਾਵੇ, ਤਾਂ ਜਦੋਂ ਕੋਰਟ ਦੇ ਵੱਲੋਂ ਵੀ ਕਿਹਾ ਗਿਆ ਤਾਂ ਵੀ ਨਹੀਂ ਇਹਨਾਂ ਦੇ ਵੱਲੋਂ ਕਿਸੇ ਤਰੀਕੇ ਦੀ ਮੀਡੀਏਸ਼ਨ। ਕੋਰਟ ਨੇ ਵੀ ਯੈਸ ਕਿਹਾ, ਮੈਡਮ ਅਮਨਦੀਪ ਸੀਗੇ ਪਿਛਲੇ ਜਿਹੜੇ ਜੱਜ ਸੀਗੇ, ਉਹਨਾਂ ਨੇ ਵੀ ਇੱਕ ਵਾਰੀ ਕੋਰਟ 'ਚ ਕਿਹਾ, ਉਹ ਸਾਡੇ ਮਦਰ ਇਨ ਲਾ ਇੰਨਾ ਉਹ ਇੰਨਾ ਕੁਛ ਉਲਟ ਬੋਲੇ ਮੇਰੇ ਔਰ ਸਾਰਾ ਸੁਨਾਮ ਜਾਣਦਾ ਹੈ। ਮੈਂ ਫਿਰ ਕਹਿੰਦਾ ਪਰਮਾਤਮਾ ਜਾਣਦਾ, ਬਹੁ ਭਗਵਾਨ ਦਾ ਅਰੋੜਾ ਜੀ ਬੜੀ ਦਲੇਰ ਸੀ, ਬੜੇ ਹਿੰਮਤ ਵਾਲੇ ਸੀ, ਬੜੀ ਉਹਨਾਂ ਦੀ ਕਿਸਮਤ ਚੰਗੀ ਲਿਆਏ ਸੀ, ਕਿੱਥੋਂ ਉੱਠ ਕੇ ਪਰਿਵਾਰ ਨੂੰ ਕਿੱਥੇ ਲੈ ਕੇ ਗਏ। ਪਰ ਜੇ ਉਹਨਾਂ ਨੂੰ ਪੋਲਿਟਿਕਸ ਲਿਆਉਣ ਦਾ ਜ਼ਰੀਆ ਬਣਿਆ, ਇਹ ਵੀ ਸਾਰਾ ਸੁਨਾਮ ਜਾਣਦਾ, ਉਹ ਕਾਂਗਰਸ ਪਾਰਟੀ ਦੇ ਲੀਡਰ ਅੱਜ ਵੀ ਬੈਠੇ ਵੱਡੇ ਵੱਡੇ, ਜੇ ਉਹਨਾਂ ਨੂੰ ਜ਼ਰੀਆ ਬਣਿਆ ਰਜਿੰਦਰ ਦੀਪਾ ਬਣਿਆ ਸੀ। ਔਰ ਜਦੋਂ ਅੱਜ ਜਜਮੈਂਟ ਸੁਣਾਈ ਗਈ ਤਾਂ ਕੀ ਕੁਛ ਕਿਹਾ ਜੱਜ ਸਾਹਿਬ ਦੇ ਵੱਲੋਂ ਕਿ ਕੁਛ ਇਸ ਕੇਸ ਦੇ ਵਿੱਚ ਸਜ਼ਾ ਸੁਣਾਉਣ ਦੇ ਵਿੱਚ ਕੁਛ ਕੀਤਾ ਜਾਵੇ, ਕਿਉਂਕਿ ਪਾਰਟੀ ਤੋਂ ਵੀ ਪੁੱਛਿਆ ਜਾਂਦਾ ਹੈ, ਤਾਂ ਤੁਹਾਨੂੰ ਵੀ ਅੱਜ ਕੁਛ ਉਹਨਾਂ ਨੇ ਪੁੱਛਿਆ? ਹਾਂ ਨਹੀਂ, ਜੱਜ ਸਾਹਿਬ ਨੇ ਬਿਲਕੁਲ ਬੈਠਦੇ ਹੀ ਅੱਜ ਕਿਹਾ ਕਿ ਕਨਵਿਕਸ਼ਨ ਕਰ ਰਹੇ ਹਾਂ ਅਸੀਂ ਇਹਨਾਂ ਦੀ, ਦੋਨੋਂ ਵਕੀਲਾਂ ਨੂੰ ਕਿਹਾ ਕਿ ਤੁਸੀਂ ਸੈਂਟੈਂਸ ਬਾਰੇ ਕੁਛ ਕਹਿਣਾ ਚਾਹੁੰਦੇ ਹੋ ਤਾਂ ਕਹੋ। ਉਹਨਾਂ ਦੇ ਕਿਹਾ ਤੇ ਉਹਨਾਂ ਨੇ ਕਿਹਾ ਜੀ ਦੇਖੋ ਮਿਨੀਮਮ ਕੀਤੀ ਜਾਵੇ, ਪਹਿਲਾਂ ਇਹਨਾਂ ਦਾ ਓਫੈਂਸ ਹੈ, ਮਿਨੀਮਮ ਕੀਤੀ ਜਾਵੇ। ਜੇ ਸਾਡੇ ਵਕੀਲ ਸਾਹਿਬ ਨੂੰ ਪੁੱਛਿਆ, ਉਹਨਾਂ ਨੇ ਕਿਹਾ ਜੀ ਮੈਕਸੀਮਮ ਹੋਣੀ ਚਾਹੀਦੀ ਹੈ, ਪਬਲਿਕ ਫਿਗਰ ਹੈ, ਮਨਿਸਟਰ ਰਹਿ ਕੇ ਜਾਂ MLA ਰਹਿ ਕੇ ਜਾਂ ਉਦੋਂ ਵੀ ਇਹ ਆਪਣੀ ਉਸ ਵਿਜ਼ਨ ਸੀਗੇ, ਕਿਸੇ ਪਾਰਟੀ ਨੂੰ ਲੀਡ ਕਰ ਰਹੇ ਸੀਗੇ, ਹਲਕਾ ਇੰਚਾਰਜ ਸੀ ਕਾਂਗਰਸ ਪਾਰਟੀ ਵੱਲੋਂ ਸੀ। ਔਰ ਇਹ ਤਾਂ ਇੱਕ ਆਮ ਲੋਕਾਂ ਨੂੰ ਇੱਕ ਮੈਸੇਜ ਜਾਣਾ ਚਾਹੀਦਾ ਕਿ ਕਾਨੂੰਨ ਸਭ ਵਾਸਤੇ ਬਰਾਬਰ ਹੈ, ਇਸ ਵਾਸਤੇ ਇਹਨਾਂ ਵਾਸਤੇ ਤਾਂ ਜੋ ਮੈਕਸੀਮਮ ਸਜ਼ਾ ਇਸ ਕਾਨੂੰਨ 'ਚ ਮੈਕਸੀਮਮ ਸਜ਼ਾ ਉਹ ਦੇਣੀ ਚਾਹੀਦੀ ਹੈ। ਪਰ ਚਲੋ ਦੋਨਾਂ ਪਾਸੇ ਸੁਣ ਕੇ ਫਿਰ 2 ਸਾਲ ਦੀ ਇੱਕ ਸਜ਼ਾ ਸੁਣਾਈ, 1 ਸਾਲ ਦੀ ਇੱਕ ਸੁਣਾਈ, ਨਾਲ ਫਾਈਨ ਲਗਾਇਆ ਇਹਨਾਂ ਨੂੰ। ਔਰ ਕੀ ਇਸ ਦੇ ਵਿੱਚ ਬੇਲ ਮਿਲ ਸਕਦੀ ਹੈ ਇਹਨਾਂ ਨੂੰ, ਕਿਉਂਕਿ ਜੋ ਜਾਣਕਾਰੀ ਆ ਰਹੀ ਸੀ ਕਿ ਅਜੇ ਕੋਰਟ ਦੇ ਅੰਦਰ ਹੀ ਨੇ ਕੋਸ਼ਿਸ਼ ਕਰ ਰਹੇ ਨੇ ਕਿ ਬੇਲ ਮਿਲੇ? ਕੋਰਟ ਅੰਦਰ ਹੈ, ਜੋ ਮੇਰੀ ਇਨਫੋਰਮੇਸ਼ਨ ਹੈ ਕਿ ਉਹ ਇਹਨਾਂ ਦਾ ਰਾਈਟ ਹੈ ਸ਼ਾਇਦ ਬੇਲ ਲੈਣ ਦਾ, ਬੇਲ ਮਿਲੇਗੀ, ਮਿਲ ਜਾਣੀ ਚਾਹੀਦੀ ਹੈ। ਲੇਕਿਨ ਸ਼ਾਇਦ ਸੁਪਰੀਮ ਕੋਰਟ ਦੀ 2013 ਦੀ ਫਾਈਂਡਿੰਗਸ ਹੈ, ਉਹਦਾ ਫੈਸਲਾ ਹੈ, ਕੋਈ ਲਿਲੀ ਲਿਲੀ ਥੋਮਸ ਦੇ ਕੇਸ ਦੇ ਵਿੱਚ
ਕਿ ਜੇ 2 ਸਾਲ ਜਾਂ 2 ਸਾਲ ਤੋਂ ਵੱਧ ਕ੍ਰਿਮੀਨਲ ਕੇਸ ਕਿਸੇ MLA MP ਨੂੰ ਸਜ਼ਾ ਹੁੰਦੀ ਹੈ ਤਾਂ ਉਹਦੀ ਅਨਸੀਟ ਇਮੀਡੀਏਟ ਹੋਏਗਾ। ਤਾਂ ਮਤਲਬ ਇਹ ਸੀਟ ਜਿਹੜੀ ਹੈਗੀ ਹੈ ਇਹ ਛੱਡਣੀ ਪਵੇਗੀ, ਅਨਸੀਟ ਹੋ ਜਾਏਗੀ। ਹਾਂ, ਛੱਡਣੀ ਵੀ ਪਵੇਗੀ। ਔਰ ਮੈਂ ਸਮਝਦਾ ਕਿ ਭਗਵੰਤ ਮਾਨ ਸਰਕਾਰ ਜਾਂ ਕੇਜਰੀਵਾਲ ਜਿਹੜੇ ਬੜੀ ਨੈਤਿਕਤਾ ਤੇ ਬੜੀ ਕੱਟੜ ਇਮਾਨਦਾਰੀ ਦੀ ਗੱਲ ਕਰਦੇ ਆ, ਮੈਂ ਸਮਝਦਾ ਕਿ ਇਹ ਚੀਜ਼ ਵਾਕਈ ਕੋਰਟ ਵੱਲੋਂ ਵੇਖਦੇ ਹੋਏ ਜਾਂ ਨਾ ਵੀ ਵੇਖਦੇ ਹੋਏ ਇਹ ਅਨਸੀਟਡ ਤਾਂ ਇਹਨਾਂ ਨੂੰ ਕਰਵਾ ਹੀ ਲੈਣਾ ਚਾਹੀਦਾ। ਠੀਕ ਹੈ ਰਜਿੰਦਰ ਦੀਪਾ ਜੀ, ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇ ਵਿੱਚ ਸਾਂਝ ਪਾਉਣ ਦੇ ਲਈ। ਥੈਂਕ ਯੂ ਗਾਇਜ਼, ਥੈਂਕ ਯੂ।